ਕਸਬਾ ਜੇਜੋ ਦੁਆਬਾ ਦੇ ਉੱਗੇ ਦਾਨੀ ਪ੍ਰਵਾਸੀ ਭਾਰਤੀ ਵੇਖਣਾ ਹਮੇਸ਼ਾ ਹੀ ਆਪਣੀ ਖੁਸ਼ੀ ਦੇ ਪਲ ਅਨੋਖੇ ਢੰਗ ਨਾਲ ਸਾਂਝੇ ਕਰਦੇ ਰਹਿੰਦੇ ਹਨ। ਪਹਿਲਾਂ ਵੀ ਉਹਨਾਂ ਵੱਲੋਂ ਆਪਣੇ ਜਨਮ ਦਿਨ 'ਤੇ ਬਲਾਈਂਡ ਐਂਡ ਹੈਂਡੀਕੈਪ ਸਕੂਲ ਬਾਹੂਵਾਲ ਨੂੰ ਸਮਰਸੀਬਲ ਬੋਰ ਕਰਵਾ ਕੇ ਦਿੱਤਾ ਗਿਆ ਸੀ। ਇਸ ਵਾਰ ਵੀ ਉਹਨਾਂ ਵੱਲੋਂ ਕੈਨੇਡਾ ਵਿੱਚ ਰਹਿੰਦੇ ਹੋਏ ਹੀ ਆਪਣੇ ਵਿਆਹ ਦੀ ਵਰੇਗੰਢ ਮੌਕੇ ਬਾਬਾ ਉਗੜ ਫਤਿਹਨਾਥ ਵਿਖੇ ਲੰਗਰ ਲਗਾਇਆ ਗਿਆ ਅਤੇ ਬਲਾਈਂਡ ਐਂਡ ਹੈਂਡੀਕੈਪ ਸਕੂਲ ਬਾਹੂਵਾਲ ਦੇ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਦੇ ਕੇ ਖੁਸ਼ੀ ਨੂੰ ਸਾਂਝਾ ਕੀਤਾ ਗਿਆ। ਰੇ ਖੰਨਾ, ਜਿਨ੍ਹਾਂ ਦਾ ਬਾਬਾ ਉਗੜ ਫਤਿਹਨਾਥ ਜੀ ਗਰਲਸ ਕਾਲਜ ਜੇਜੋ ਦੁਆਬਾ ਨੂੰ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ, ਦੀ ਪ੍ਰਬੰਧਕ ਕਮੇਟੀ, ਪਿੰਡ ਵਾਸੀਆਂ ਅਤੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਰੇ ਖੰਨਾ ਅਤੇ ਰੇਨੂ ਖੰਨਾ ਦੀ ਬਰੇਗੰਢ ਮੌਕੇ ਕਾਲਜ ਵਿੱਚ ਕੇਕ ਕੱਟਿਆ ਗਿਆ ਅਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਕਿ ਉਹ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਨ ਅਤੇ ਕਾਲਜ ਦੀ ਇਸ ਤਰ੍ਹਾਂ ਹੀ ਹੈਲਪ ਕਰਦੇ ਰਹਿਣ। ਇਸ ਮੌਕੇ ਲੰਬੜਦਾਰ ਪ੍ਰਵੀਨ ਸੋਨੀ, ਅਸ਼ਵਨੀ ਖੰਨਾ, ਕਿੱਟੀ ਸੂਦ, ਪ੍ਰਸ਼ਾਂਤ ਜੈਨ, ਬੀ ਡੀ ਸ਼ਰਮਾ, ਪੰਚ ਓਮ ਪ੍ਰਕਾਸ਼, ਪੰਚ ਨਵਜੋਤ ਸਿੰਘ ਬੈਂਸ, ਪੰਚ ਗੀਤਾ ਰਾਣੀ, ਰਮੇਸ਼ ਜੈਨ, ਪ੍ਰਿੰਸੀਪਲ ਸ਼ਿਲਪਾ ਜੈਨ, ਮੈਡਮ ਕਰਮਜੀਤ, ਮੈਡਮ ਨਿਸ਼ਾ ਹਾਜ਼ਰ ਸਨ। ਸਾਰਿਆਂ ਨੂੰ ਬਹੁਤ ਬਹੁਤ ਅੱਜ ਦੇ ਵੱਡੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਜ ਸਾਡੇ ਲਈ ਬਹੁਤ ਹੀ ਵੱਡਾ ਔਰ ਬਹੁਤ ਹੀ ਵਿਸ਼ੇਸ਼ ਦਿਨ ਹੈ ਕਿ ਅੱਜ ਜਦੋਂ ਸਾਡੇ ਚੇਅਰਮੈਨ ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਨੇ ਸਾਨੂੰ ਤਾਂ ਇੰਨੀ ਸਮਝ ਲਈ ਹੈ, ਉਹਨੇ ਸਾਨੂੰ ਹੁਕਮ ਲਾਇਆ ਕਿ ਸਾਡੇ ਜਿਹੜੇ NRI ਸਾਡੇ ਜੇਜੋ ਨਿਵਾਸੀ ਸ਼੍ਰੀ ਰਵੀ ਖੰਨਾ ਜੀ ਦੀ ਅੱਜ ਮੈਰਿਜ ਐਨਵਰਸਰੀ ਹੈ, ਉਸ ਨੂੰ ਮਨਾਓ। ਅਤੇ ਅਸੀਂ ਕਮੇਟੀ ਨੇ ਇੱਕਦਮ ਹੀ ਸਾਰਾ ਇਹ ਇੰਤਜ਼ਾਮ ਕਰਕੇ ਇਸ ਨੂੰ ਮਨਾਉਣ ਲਈ ਅੱਜ ਆਪਾਂ ਕਾਲਜ ਦੇ ਵਿੱਚ ਪਹੁੰਚੇ। ਤਾਂ ਇਸ ਜਦੋਂ ਉਹਨਾਂ ਨੇ ਦੱਸਿਆ ਤਾਂ ਇਸ ਸੰਬੰਧ ਵਿੱਚ ਪਹਿਲਾਂ ਬਾਬਾ ਉਗੜ ਕੱਲ੍ਹ ਲੰਗਰ ਵੀ ਲਗਾਇਆ ਗਿਆ ਸੀਗਾ ਅਤੇ ਬਾਕੀ ਜਿਹੜਾ ਸਾਡਾ ਬਲਾਈਂਡ ਸਕੂਲ ਹੈ ਉੱਥੇ ਵੀ ਖੰਨਾ ਜੀ ਦੀ ਸਿਹਤ ਜਾਫਤਾ, ਉਹਨਾਂ ਦੇ ਪਰਿਵਾਰ ਦੀ ਸਿਹਤ ਜਾਫਤਾ ਲਈ ਉੱਥੇ ਵੀ ਬੱਚਿਆਂ ਨੂੰ ਕੁਛ ਨਾ ਕੁਛ ਖਾਣ ਲਈ ਦੇ ਕੇ ਆਏ ਅਤੇ ਅੱਜ ਆਪਣੇ ਕਾਲਜ ਦੇ ਬੱਚਿਆਂ ਲਈ ਜਿਹੜਾ ਹੈਗਾ ਆ ਉਹ ਪੂਰਾ ਇੱਕ ਫੰਕਸ਼ਨ ਔਰਗਨਾਈਜ਼ ਕੀਤਾ ਔਰ ਬੱਚਿਆਂ ਨੇ ਇੰਨਾ ਅੱਛਾ ਡੈਕੋਰੇਟ ਕੀਤਾ ਕਾਲਜ ਨੂੰ ਕਿ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਔਰ ਜਿਹੜਾ ਇਹ ਫੰਕਸ਼ਨ ਔਰਗਨਾਈਜ਼ ਕੀਤਾ ਉਹਦੇ ਲਈ ਖੰਨਾ ਸਾਹਿਬ ਜੀ ਦਾ ਬੜਾ ਬੜਾ ਧੰਨਵਾਦ। ਅਤੇ ਰੇ ਖੰਨਾ ਜੀ ਔਰ ਮੈਡਮ ਰੇਨੂ ਖੰਨਾ ਜੀ ਦਾ ਬਹੁਤ ਬਹੁਤ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਜਿਹੜਾ ਹੈਗਾ ਇਹ ਹੁਣ ਸਾਡੇ ਬੱਚੇ ਕੋਈ ਗੁੜੀਆ, ਕੀ ਨਾਮ ਸੀ ਗੁੜੀਆ ਦਾ ਜਿਹਨੇ ਕੇਕ ਕੱਟਣਾ? ਹਾਂਜੀ, ਪਲਵੀ ਜੀ ਆ ਕੇ ਕੇਕ ਕੱਟਣ ਔਰ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਪਰਮਾਤਮਾ ਉਹਨਾਂ ਦੀ ਸਿਹਤ ਜਿਹੜੀ ਹੈਗੀ ਆ ਉਹ ਬਹੁਤ ਹੀ ਵਧੀਆ ਰੱਖੇ। ਧੰਨਵਾਦ। ਗੁੱਡ ਮਾਰਨਿੰਗ ਟੂ ਆਲ। ਮੈਂ ਆਪਣੇ ਪ੍ਰਿੰਸੀਪਲ ਮੈਮ, ਸਟਾਫ ਮੈਂਬਰਸ ਅਤੇ ਬੱਚਿਆਂ ਵੱਲੋਂ ਅੱਜ ਆਪਣੇ ਕਾਲਜ ਦੇ ਵਿੱਚ ਪਹੁੰਚੇ ਹੋਏ ਆ ਕਮੇਟੀ ਮੈਂਬਰਸ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਅਸੀਂ ਸਾਰੇ ਅੱਜ ਇੱਕ ਮਹਾਨ ਸ਼ਖਸੀਅਤ ਦੇ ਬਹੁਤ ਹੀ ਵਡਭਾਗੇ ਦਿਨ 'ਤੇ ਇਕੱਤਰ ਹੋਏ ਹਾਂ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ 25 ਜਨਵਰੀ ਮਿਸਟਰ ਰੇ ਖੰਨਾ ਜੀ ਔਰ ਉਹਨਾਂ ਦੀ ਵਾਈਫ ਰੇਨੂ ਖੰਨਾ ਜੀ ਦਾ ਮੈਰਿਜ ਐਨੀਵਰਸਰੀ ਹੈ, ਉਸ ਦੇ ਸੰਬੰਧ ਵਿੱਚ ਸਭ ਇਕੱਠੇ ਹੋਏ ਹਾਂ ਅਤੇ ਉਹਨਾਂ ਨੂੰ ਅਸੀਂ ਸਾਰੇ ਮਿਲ ਕੇ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਆਪਣੇ ਵੱਲੋਂ, ਕਾਲਜ ਦੇ ਬੱਚਿਆਂ ਵੱਲੋਂ, ਕਮੇਟੀ ਮੈਂਬਰਸ ਵੱਲੋਂ, ਇਲਾਕਾ ਵਾਸੀਆਂ ਵੱਲੋਂ। ਇਸ ਕਾਲਜ ਨੂੰ ਉਹਨਾਂ ਦੀ ਬਹੁਤ ਸਾਰੀ ਦੇਣ ਹੈ ਜਿਸ ਨੂੰ ਅਸੀਂ ਕਦੇ ਭੁਲਾ ਨਹੀਂ ਸਕਦੇ। ਉਹਨਾਂ ਦੀ ਇਹ ਦੇਣ ਜਿਹੜੀ ਹੈ ਉਹ ਅਸੀਂ ਹਮੇਸ਼ਾ ਯਾਦ ਰੱਖਾਂਗੇ ਅਤੇ ਆਸ ਕਰਦੇ ਹਾਂ ਅੱਗੇ ਵੀ ਉਹ ਇਹ ਸਭ ਚੀਜ਼ਾਂ ਜਿਹੜੀਆਂ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ। ਇੱਕ ਵਾਰ ਫਿਰ ਤੋਂ ਸਾਰਿਆਂ ਵੱਲੋਂ ਰੇ ਖੰਨਾ ਜੀ ਔਰ ਉਹਨਾਂ ਦੀ ਵਾਈਫ ਨੂੰ ਬਹੁਤ ਬਹੁਤ ਵਧਾਈਆਂ।